ਭਾਵੇਂ ਸਰਕਾਰਾਂ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦਿੰਦੀਆਂ ਰਹੀਆਂ ਹਨ ਪਰ 8 ਸਾਲਾਂ ਵਿੱਚ ਦੋ ਮੁੱਖ ਮੰਤਰੀਆਂ ਨੇ ਹੈਲੀਕਾਪਟਰਾਂ ਦੇ ਝੂਟਿਆਂ ਤੇ 22 ਕਰੋੜ 73 ਲੱਖ 99 ਹਜ਼ਾਰ 473 ਰੁਪਏ ਖਰਚ ਕਰ ਦਿੱਤੇ ਹਨ। ਇਹ ਖੁਲਾਸਾ ਸ਼ਹਿਰੀ ਹਵਾਬਾਜੀ ਵਿਭਾਗ ਵੱਲੋਂ RTI ਵਿੱਚ ਦਿੱਤੀ ਜਾਣਕਾਰੀ ਰਹੀ ਹੋਇਆ। ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਤੋਂ ਵਿੱਚ ਲਿਆਂਦੇ ਹੈਲੀਕਾਪਟਰਾਂ ਉੱਪਰ ਉਕਤ ਰਕਮ ਖਰਚ ਕੀਤੀ ਗਈ ਹੈ। ਬਠਿੰਡਾ ਵਾਸੀ ਸੰਜੀਵ ਗੋਇਲ ਪੁੱਤਰ ਅਸ਼ੋਕ ਕੁਮਾਰ ਨੂੰ RTI ਵਿੱਚ ਮੰਗੀ ਗਈ ਸੂਚਨਾ ਤਹਿਤ ਸ਼ਹਿਰੀ ਹਵਾਬਾਜੀ ਵਿਭਾਗ ਨੇ ਦੱਸਿਆ ਹੈ ਕਿ ਸਾਲ 2014 ਤੋਂ 2017 ਤੱਕ 3 ਸਾਲ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਈ ਵਰਤੇ ਗਏ ਹੈਲੀਕਾਪਟਰ ਤੇ 10,80,80,191 ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਕਾਪਟਰ ਉੱਪਰ ਸਾਲ 2017 ਤੋਂ ਲੈ ਕੇ ਸਾਲ 2021 ਤੱਕ 12,27,06,181 ਰੁਪਏ ਖਰਚ ਕੀਤੇ ਗਏ ਹਨ। ਸੰਜੀਵ ਗੋਇਲ ਜੀ, ਬਠਿੰਡਾ ਤੋਂ RTI ਐਕਟਿਵ ਸਟੈਂਡ। ਸਰ, ਮੈਂ 13 ਅਪ੍ਰੈਲ ਨੂੰ ਇੱਕ CM ਆਫਿਸ RTI ਦਾਇਰ ਕੀਤੀ ਸੀ ਵੀ ਜੋ ਇਹਨਾਂ ਨੇ ਹੈਲੀਕਾਪਟਰ ਤੇ ਖਰਚਾ ਆਇਆ ਇਹਨਾਂ ਦੇ, ਮੈਨੂੰ 2014 ਲੈ ਕੇ ਹੁਣ ਤੱਕ ਦੀ ਉਸ ਇਨਫੋਰਮੇਸ਼ਨ ਦਿੱਤੀ ਜਾਵੇ ਵੀ ਟੋਟਲ ਕਿੰਨਾ ਖਰਚਾ ਆ ਚੁੱਕਿਆ ਹਰ ਇੱਕ ਸਾਲ ਦਾ ਅਲੱਗ ਅਲੱਗ, ਤੇ ਪਰ ਇਹਨਾਂ ਨੇ ਡਿਨਾਈ ਕਰਤਾ, ਇਨਫੋਰਮੇਸ਼ਨ ਨਹੀਂ ਦਿੱਤੀ 30 ਦਿਨ ਦੇ ਵਿੱਚ, ਜਿਸ ਤੋਂ ਬਾਅਦ ਕਿ ਮੈਨੂੰ ਮਜਬੂਰ ਹੋ ਕੇ ਪਹਿਲੀ ਅਪੀਲ ਦਾਇਰ ਕਰਨੀ ਪਈ। ਪਹਿਲੀ ਅਪੀਲ ਦਾਇਰ ਕਰਨ ਦੇ ਬਾਵਜੂਦ ਵੀ ਉਹਨਾਂ ਨੇ CM ਆਫਿਸ ਤੋਂ ਮੈਨੂੰ ਇਨਫੋਰਮੇਸ਼ਨ ਦਵਾਉਣ ਤੋਂ ਮਨਾ ਕਰਤਾ, ਤੱਕ ਨਹੀਂ ਪ੍ਰੋਵਾਈਡ ਕਰਾਏਗੀ, ਜਿਸ ਤੋਂ ਮੈਨੂੰ ਮਜਬੂਰ ਹੋ ਕੇ ਸੈਕਿੰਡ ਅਪੀਲ ਸਟੇਟ ਕਮਿਸ਼ਨ ਦੇ ਵਿੱਚ ਦਾਇਰ ਕਰਨਾ ਪਈ, ਕੇਸ ਲਾਉਣਾ ਪਿਆ। ਕੇਸ ਲਾਉਣ ਤੋਂ ਬਾਅਦ ਮੈਨੂੰ 5 ਮਹੀਨਿਆਂ ਦੀ 6 ਮਹੀਨਿਆਂ ਦੀ ਜਦੋਜਹਿਦ ਤੋਂ ਬਾਅਦ ਕੁਛ ਇਨਫੋਰਮੇਸ਼ਨ ਮੇਰੇ ਹੱਥ ਲੱਗੀ ਹੈ ਜੋ ਕਿ ਸਟੇਟ ਕਮਿਸ਼ਨ ਦੇ ਆਰਡਰ ਤੋਂ ਬਾਅਦ ਮਿਲੀ ਹੈ, ਜਿਹਦੇ ਵਿੱਚ ਕਿ ਮੈਨੂੰ ਪਤਾ ਲੱਗਿਆ 2014 ਤੋਂ ਲੈ ਕੇ ਹੁਣ ਤੱਕ 23 ਕਰੋੜ ਰੁਪਇਆ ਸਿਰਫ ਹੈਲੀਕਾਪਟਰ ਦਾ ਖਰਚਾ ਆਇਆ, ਅਤੇ ਜਿਹਦੇ ਵਿੱਚ 7 ਕਰੋੜ ਰੁਪਏ ਤਕਰੀਬਨ ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਮੇਂ ਦਾ, ਅਤੇ ਉਸ ਤੋਂ ਬਾਅਦ 15 ਕਰੋੜ ਦੇ ਲਗਭਗ ਕੈਪਟਨ ਅਮਰਿੰਦਰ ਸਿੰਘ ਜੀ ਦਾ ਮੌਜੂਦਾ ਮੁੱਖ ਮੰਤਰੀ ਜੀ ਦਾ। ਅਤੇ ਇਸ ਦੇ ਵਿੱਚ ਹਰ ਸਾਲ ਦੀ ਡਿਟੇਲ ਦੇ ਵਿੱਚ ਦੇਖੀਏ ਤਾਂ 2017 ਦੇ ਵਿੱਚ ਡਬਲ ਹੈਲੀਕਾਪਟਰ ਦਾ ਖਰਚਾ ਹੋਇਆ, ਕਿਉਂ? ਕਿਉਂਕਿ ਉਸ ਟਾਈਮ ਵੋਟਾਂ ਦਾ ਸਮਾਂ ਸੀਗਾ, ਤੋ ਤਾਂ ਰੈਲੀਆਂ ਜ਼ਿਆਦਾ ਹੋਈਆਂ ਹੋਣਗੀਆਂ ਅਤੇ ਜ਼ਿਆਦਾ ਹੈਲੀਕਾਪਟਰ ਝੂਟੇ ਲਿੱਤੇ ਗਏ ਹੋਣਗੇ, ਅਤੇ ਕਿ ਖਜ਼ਾਨਾ ਜਦੋਂ ਕੁਛ ਲਈ ਖਾਲੀ ਹੈ ਅਤੇ 22-23 ਕਰੋੜ ਰੁਪਇਆ ਹੈਲੀਕਾਪਟਰ ਦਾ ਖਰਚਾ ਦਿੱਤਾ ਜਾਂਦਾ, ਖਜ਼ਾਨਾ ਤਾਂ ਆਲਰੇਡੀ ਖਾਲੀ ਹੋਣਾ ਫਿਰ ਇਸ ਤਰ੍ਹਾਂ। ਅਤੇ ਜਦੋਂ ਪਬਲਿਕ ਕੋਈ ਇਸ ਕੰਮ ਨੂੰ ਪੁੱਛ ਲਏ ਤਾਂ ਉਹ ਕਹਿੰਦਾ ਖਜ਼ਾਨਾ ਖਾਲੀ ਹੈ, ਅਤੇ ਜਦੋਂ ਇਸ 'ਤੇ ਪੈਸੇ ਦਿੱਤੇ ਜਾਂਦੇ 23 ਕਰੋੜ ਰੁਪਇਆ ਤਾਂ ਖਜ਼ਾਨਾ ਤਾਂ ਆਟੋਮੈਟਿਕਲੀ ਖਾਲੀ ਹੋਣਾ ਹੈ ਜਦੋਂ ਇੱਧਰ ਜਾਈ ਜਾ ਰਿਹਾ ਪੈਸਾ ਤਾਂ। ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਪਬਲਿਕ ਥੋੜ੍ਹਾ ਬਹੁਤ ਸੋਚਦੇ ਹੋਏ ਇਸ 'ਤੇ ਥੋੜ੍ਹਾ ਕੰਟਰੋਲ ਕਰਨਾ ਚਾਹੀਦਾ ਇਹੋ ਜਿਹੇ ਖਰਚਿਆਂ 'ਤੇ, ਅਤੇ ਪਬਲਿਕ ਦੇ ਹਿੱਤ ਦਾ ਕੁਛ ਧਿਆਨ ਰੱਖਣਾ ਚਾਹੀਦਾ। ਮੈਨੂੰ 23 ਕਰੋੜ ਰੁਪਏ ਦੀ ਅਮਾਊਂਟ ਦਿੱਤੀ ਹੈ ਸਾਰੀ ਰਕਮ ਹਰ ਸਾਲ ਦੀ 2014 ਤੋਂ ਲੈ ਕੇ ਹੁਣ ਤੱਕ ਦੀ ਜੀ। ਦੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜੀ ਅਤੇ ਸਾਬਕਾ ਹੁਣ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ। ਕਿੰਨੇ ਟਰੈਵਲ ਕੀਤਾ ਇਸ ਹੈਲੀਕਾਪਟਰ ਦੇ ਉੱਤੇ? ਅਤੇ ਸਰ ਉਹ ਲੋਕ ਬੁੱਕ ਹਾਲੇ ਦਿੱਤੀ ਨਹੀਂ, ਉਹ ਆਉਣੀ ਹਜੇ ਲੋਕ ਬੁੱਕ ਅਤੇ ਬਿਲਾਂ ਦੀ ਕਾਪੀਆਂ। ਅਤੇ ਸਰ ਮੈਂ ਇਹੀ ਸੋਚ ਕੇ ਪਾਈ ਸੀ ਵੀ ਜੇ ਰਹੇ ਠੀਕ ਹੈ ਵੀ CM ਨੂੰ ਹੈਲੀਕਾਪਟਰ ਪ੍ਰੋਵਾਈਡ ਹੁੰਦਾ, ਪਰ ਇਹ ਹੁੰਦਾ ਤਾਂ ਹੈ ਤਾਂ ਪਬਲਿਕ ਜਿਹੜਾ ਟੈਕਸ ਦੇ ਰਹੀ ਉਹ ਟੈਕਸ ਦਾ ਪੈਸਾ ਕਿੱਥੇ ਜਾ ਰਿਹਾ, ਕਿੱਥੇ ਵਰਤਿਆ ਜਾਂਦਾ? ਜਦੋਂ ਪੁੱਛ ਲਓ ਵੀ ਕਿਹਾ ਜਾਂਦਾ ਵੀ ਖਜ਼ਾਨਾ ਖਾਲੀ ਹੈ, ਤਾਂ ਮੈਂ ਕਿਹਾ ਚਲੋ ਪਤਾ ਕੀਤਾ ਜਾਵੇ ਵੀ ਹੈਲੀਕਾਪਟਰ 'ਤੇ ਕਿੰਨਾ ਖਰਚਾ ਹੋ ਗਿਆ। ਜਦੋਂ ਦੇਖਿਆ ਤਾਂ ਇਹਦੇ ਆਂਕੜੇ ਹੈਰਾਨ ਕਰਨ ਵਾਲੇ ਸੀ, 23 ਕਰੋੜ ਰੁਪਇਆ ਕੋਈ ਛੋਟੀ ਮੋਟੀ ਅਮਾਊਂਟ ਨਹੀਂ ਹੁੰਦੀ ਜੀ। ਅਤੇ ਜਦੋਂ ਦੇਖਿਆ ਹੈਰਾਨੀ ਕਰਨ ਵਾਲੀ ਗੱਲ ਹੈ ਵੀ ਲੋਕ ਵੀ ਸੋਚਣਗੇ ਆਹ ਕੀ ਚੀਜ਼ ਹੈ ਵੀ 23 ਕਰੋੜ ਰੁਪਇਆ ਅਗਰ ਹੈਲੀਕਾਪਟਰ 'ਤੇ ਖਰਚ ਹੋ ਰਿਹਾ ਤਾਂ ਪਬਲਿਕ ਦਾ ਫਾਇਦਾ ਕਿੱਥੋਂ ਹੋਏਗਾ? ਬਹੁਤ ਕੁਛ ਕਰਨਾ, 6 ਮਹੀਨੇ ਲੱਗ ਗਏ ਮੈਨੂੰ ਛੋਟੀ ਜਿਹੀ RTI, ਹਾਲੇ ਵੀ ਕੁਝ ਇਨਫੋਰਮੇਸ਼ਨ ਹਿੱਸੇ ਮਿਲਿਆ, ਹਾਲੇ ਮੈਨੂੰ ਬਾਕੀ ਮਿਲਣੀ ਹਾਲੇ ਬਾਕੀ ਹੈ, ਜੇ ਕਿ ਨੈਕਸਟ ਤਰੀਕ ਹਾਲੇ 6 ਅਕਤੂਬਰ ਲੱਗੀ ਹੋਈ ਹੈ, ਉਦੋਂ ਦੇਖਦੇ ਬਾਕੀ ਇਨਫੋਰਮੇਸ਼ਨ ਉਹ ਪ੍ਰੋਵਾਈਡ ਕਰਦੇ ਕਿ ਹਾਲੇ ਉਹ ਵੀ ਟਾਲ ਮਟੋਲੀ ਹੋ ਰਹੀ ਹੈ। ਸਰ, ਪੈਂਡਿੰਗ ਦੇ ਵਿੱਚ CM ਆਫਿਸ ਨੇ ਜਿਵੇਂ ਪੇਪਰ 'ਚ ਇਸ਼ਤਿਹਾਰ ਦਿੰਦੇ ਆ ਹੋਰ ਖਰਚੇ ਦੇ, ਤਰ੍ਹਾਂ ਤਰ੍ਹਾਂ ਦੇ ਖਰਚੇ ਦੇ ਐਡਵਰਟਾਈਜਮੈਂਟ ਦੇ ਮੈਂ ਖਰਚੇ ਮੰਗੇ ਹੋਏ ਸਾਰੇ, ਵੀ ਅੱਜ ਤੱਕ CM ਆਫਿਸ ਨੇ ਕਿੰਨਾ ਕੀਤਾ ਹੈ ਐਡਵਰਟਾਈਜਮੈਂਟ 'ਤੇ ਖਰਚਾ, ਅਤੇ ਉਹ ਚੀਜ਼ ਹਾਲੇ ਡਿਟੇਲ ਆਉਣੀ ਬਾਕੀ ਹੈ। ਇਹ ਤਾਂ ਸਿਰਫ ਇਕੱਲਾ ਹੈਲੀਕਾਪਟਰ ਦੀ ਡਿਟੇਲ ਆਈ ਹੈ ਜੀ, ਅਤੇ ਲੋਕ ਬੁੱਕਾਂ ਉੱਤੇ ਬਿੱਲ ਆਉਣੇ ਬਾਕੀ ਹੈ। ਦਿੱਕਤਾਂ ਤਾਂ ਪੂਰੀਆਂ ਆਉਂਦੀਆਂ ਨੇ, ਹਰ ਬੰਦਾ ਕਹਿੰਦਾ RTI ਪਾਣੀ ਸੌਖੀ ਗੱਲ ਹੈ, ਮਗਰ ਇਹ ਸੌਖੀ ਚੀਜ਼ ਨਹੀਂ ਹੁੰਦੀ, ਇਹਦੇ ਲਈ ਲੈਣ ਲਈ ਬਹੁਤ ਵੱਡੀ ਜਦੋਜਹਿਦ ਕਰਨੀ ਪੈਂਦੀ ਹੈ, ਬਹੁਤ ਕੁਛ ਕਰਨਾ ਪੈਂਦਾ ਹੈ, ਅਤੇ ਵੱਡੇ ਵੱਡੇ ਅਫਸਰਾਂ ਦਾ ਨੂੰ ਲੱਗਣਾ ਪੈਂਦਾ, ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਉਹ ਬਹੁਤ ਕੁਛ ਬੋਲਦੇ ਆ ਇਸ ਗੱਲਾਂ ਨੂੰ ਵੀ ਤੁਸੀਂ ਤਾਂ ਬਲੈਕਮੇਲਰ ਹੋ ਜੇ ਵੋ, ਮਗਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਇਨਫੋਰਮੇਸ਼ਨ ਸਾਡਾ ਹੱਕ ਹੈ, ਰਾਈਟ ਹੈ ਲੈਣਾ। ਸਰ, ਮਨ 'ਚ ਇਸ ਤਰ੍ਹਾਂ ਆਇਆ ਸੀ ਵੀ ਦੇਖੀ ਵੀ ਜਿਹੜੇ ਇਹ ਹੈਲੀਕਾਪਟਰ ਝੂਟੇ ਲੈ ਰਹੇ ਆ ਕਿੰਨੇ ਕੁ ਮਹਿੰਗੇ ਲੋਕਾਂ ਨੂੰ ਪੈ ਰਹੇ ਆ ਝੂਟੇ, ਕਿਉਂਕਿ ਲੋਕਾਂ ਦੇ ਖਰਚ 'ਤੇ ਹੀ ਆ, ਪੰਜਾਬ ਸਰਕਾਰ ਲੋਕਾਂ ਦੇ ਫੰਡ 'ਚੋਂ ਪੈਸੇ ਦੇ ਰਹੀ ਹੈ, ਜਿਹੜੇ ਕਿ ਪੈਟਰੋਲ 'ਤੇ ਹਰ ਚੀਜ਼ 'ਤੇ ਟੈਕਸ ਬੰਦਾ ਸੁਬਹਾ ਤੋਂ ਸ਼ਾਮ ਤੱਕ ਦੇ ਰਿਹਾ, ਉਹ ਇਹ ਹੈਲੀਕਾਪਟਰ ਦੇ ਖਰਚਾ ਬਿੱਲ ਦੇਣ 'ਤੇ ਹੀ ਖਰਚ ਹੋਏ ਆ ਜ਼ਿਆਦਾ ਉਸ 'ਚ।